पेंड तोंगाली दे विच बैठे हाँ बई पेंड वाले गुस्सा भी ना कि कर जान पहलियां दे विच सुनिया सीगा भी पेंड बैलियां दा पेंड वजदा सी अजकल वो गल वखरी है भी अजकल मुंडिया ने घोड़ियां दा शौक पा लिया तो हुण ये पेंड भी उस तरह का पिंड ही है जिमें आम आ पर हाँ कुछ पिंडा दे विचों कई वारी बंदे हुंदे आ जिहड़े उठ खड़दे आ उहदे नाल वह पेंड नूं अल पैण लग जांदी है पर फिर भी जिमें पुराने भांडियां जो तंध्याई नहीं ना जांदी उवें इस पिंड दे विच भी जिहड़े ना बापू जोगिंदर सिंह होणा नूं असले का शौक भी सी घोड़ियां का शौक भी सी ते पहलां असल दे विच इह चीज़ां दी लोड़ां भी सीगियां हुण समां कुछ बदल गया मेरे नाल जिहड़े ना दो असले आ ये जर्मन दे बने हुए असले आ असले आम असलियां वर्गे ही आ पर इन्हां दे विच खास गल्लां बड़ियां जिहड़ी आ राइफल तुसीं देख रहे आ मैनूं हुण ऐ भी नहीं पता इन्नी नॉलेज घट आ इन्हां बारे कि यह रफल आ कि बंदूक आ इहदे बारे भी मैनूं नॉलेज नहीं कई बंदे कहणगे कि भाई रफल सी तूं बंदूक कही गया कई कहणगे बंदूक सी रफल कही गया इन्हां दोनों चीज़ों का भी फर्क हुंदा ये भी नॉलेज लै लांगे खैर सीखण नूं मिल जूगी गल ये जिहड़ी मेरे हाथ च असला फड़िया होया ना इहदे च देखो मैगजीन कोई नहीं लगता तो 10 गोलियां पै जांदियां इहदे च 10 गोलियां मैं तो हैरान रह गया सुन के कि 10 गोलियां पै जांदियां पर सारी गलबात बाई हुणां तों पुछदे आ बाई भगत सिंह मेरे नाल आ बाई सति श्री अकाल सति श्री अकाल जी सति श्री अकाल बाई मैनूं इह ऐं दस्सो भी सच्ची पै जांदियां इहदे च 10 गोलियां ਪੈਂਦੀਆਂ ਬਾਈ ਇਹਦੇ 'ਚ 10 ਪੈ ਕਿੱਥੇ ਜਾਂਦੀਆਂ ਤੇ ਹੈ ਜਗ੍ਹਾ ਤਾਂ ਕੋਈ ਟਿਕਾਣਾ ਤਾਂ ਕੋਈ ਹੈ ਹੀ ਨਹੀਂ ਇਹਦੇ ਵਿੱਚ ਲੱਕੜੀ ਆ ਟਿਕਾਣਾ ਤੇ ਹੈ ਨਹੀਂ ਵੀਰੇ ਇਹਦਾ ਜਿਹੜਾ ਇੱਥੋਂ ਜਿਹੜੀ ਆਹ ਬੈਰਲ ਇਹਦੀ ਜੀ ਇਹ ਇੱਥੋਂ ਸਟਾਰਟ ਹੋ ਗਈ ਜੀ ਆਹ ਜਗ੍ਹਾ ਤੋਂ ਜੀ ਇਹ ਜਿਹੜੀ ਬੈਰਲ ਹੈ ਗੋਲੀਆਂ ਨਾਲ ਭਰ ਜਾਂਦੀ ਤੁਰ ਤੱਕ ਭਰ ਜਾਂਦੀ ਹੈ ਹਾਂਜੀ ਹਾਂਜੀ ਜੀ ਨਹੀਂ ਤੁਰ ਤੱਕ ਤਾਂ ਭਰ ਗਈ ਤੇ ਜਿਹੜੀ ਇੱਧਰ ਗੋਲੀ ਆ ਤੇ ਉਹ ਉੱਧਰ ਨੂੰ ਮੁੜੂ ਕਿਵੇਂ ਇਹਦੇ ਇੱਥੇ ਵੀਰੇ ਦਿੱਤਾ ਸਪਰਿੰਗ ਸਿਸਟਮ ਇਸੇ ਨਹੀਂ ਮੋੜਨੀ ਆ ਦੇਖੋ ਇਹਦੇ ਵਿੱਚੋਂ ਵਾਪਸ ਕੱਢ ਅੱਛਾ ਇੱਧਰੋਂ ਉਹ ਜਿਵੇਂ ਜਿਵੇਂ ਉੱਧਰੋਂ ਇੱਕ ਗੋਲੀ ਵਿੱਚ ਚੜੀ ਗਈ ਉਹ ਇੱਧਰੋਂ ਇੱਧਰ ਮੁੜੀ ਜਾਊਗੀ ਇੱਧਰ ਉੱਧਰ ਵਾਪਸ ਆਈ ਵੀ ਮਤਲਬ ਆਪਾਂ ਜਿਹੜਾ ਮੈਗਜ਼ੀਨ ਐ ਨੂੰ ਲਾਉਂਦੇ ਸੀ ਉਹ ਐ ਨੂੰ ਲਾਤਾ ਉਹਨਾਂ ਨੇ ਹਾਂ ਇਹ ਪੁਰਾਣਾ ਫਿਰ ਸ਼ੁਰੂ ਤੋਂ ਹੀ ਲੱਗਿਆ ਹੋਇਆ ਐ ਐ ਨੂੰ ਲਾਤਾ ਮੈਗਜ਼ੀਨ ਐਵੇਂ ਲਾਤਾ ਤੇ ਇਹਦੀ ਜਿਵੇਂ ਜਿਵੇਂ ਆਮ ਜਿਹੜੀਆਂ ਜ਼ਿਆਦਾ ਮੈਗਜ਼ੀਨ ਵਾਲੀਆਂ ਉਹਨੂੰ ਆਪਾਂ ਤੜਾਕ ਤੜਾਕ ਉਵੇਂ ਛੱਡੀ ਜਾਂਦੇ ਆ ਇਹ ਹਰ ਵਾਰੀ ਲੋਡ ਕਰਨੀ ਪੈਂਦੀ ਹੈ ਕਿ ਸਿੱਧੀ ਛੱਡ ਚਲੀ ਜਾਂਦੀ ਹੈ ਨਹੀਂ ਲੋਡ ਇਹਨੂੰ ਹਰ ਇੱਕ ਵਾਰੀ ਕਰਨਾ ਪਊਗਾ ਹਰੇਕ ਗੋਲੀ ਵਾਰੀ ਲੋਡ ਕਰਨਾ ਪਊਗਾ ਐਵੇਂ ਕਰਨਾ ਪਊਗਾ ਹਾਂ ਲੋਕ ਉਹ ਬੁਲਟ ਤਾਂ ਮਾਰਨੀ ਪਊਗਾ ਠੀਕ ਹੈ ਜੀ ਪਰ ਇਹਦਾ ਇਹ ਹੈ ਵੀ ਜਦੋਂ ਜਿਵੇਂ ਜਿਵੇਂ ਥੱਲੜੀਆਂ ਗੋਲੀਆਂ ਅੱਡੀ ਲੌਕ ਹੋ ਜਾਂਦੀਆਂ ਠੀਕ ਹੈ ਉੱਥੇ ਪਈ ਰਹਿਣੀਆਂ ਜੀ ਉੱਪਰ ਇਕੱਲੀ ਕੈਰੀ ਕੈਰੀ ਗੋਲੀ ਚੱਲੀ ਜਾਊ ਜੇ ਮੰਨ ਕੇ ਚਲੋ ਵੀ ਤਾਂਹਾਂ ਵਾਲੀਆਂ ਆਪਾਂ ਲੌਕ ਹੀ ਰੱਖਣੀਆਂ ਤਾਂਹਾਂ ਤੋਂ ਇੱਕ ਇੱਕ ਅੱਡ ਪਾ ਪਾ ਕੇ ਵੀ ਚਲਾਉਣੀ ਹਾਂ ਕੈਰੀ ਨਾਲ ਨੂੰ ਚੱਲੀ ਜਾਂਦੀ ਇਕੱਲੀ ਇਕੱਲੀ ਪਾ ਕੇ ਚਲਾਈ ਚਲੋ ਉਹ ਥੱਲੇ ਪਈਆਂ ਰਹਿਣੀਆਂ ਉਹ ਥੱਲੇ ਪਈਆਂ ਜਦੋਂ ਐਮਰਜੈਂਸੀ ਲੋਡ ਆ ਤਾਂ ਉਹਨੂੰ ਚੱਕ ਲਓ ਉਹਨੂੰ ਚਲਾ ਲਓ ਹਾਂਜੀ ਉਹ ਇਸ ਤਰ੍ਹਾਂ ਵੀ ਬਣੀ ਹੋਈ ਆ ਇਹਦੀ ਪੁਲਿਸ ਵਾਲੀ ਰਫਲ ਨਾਲੋਂ ਇਹਦਾ ਕੀ ਫਰਕ ਆ ਨਹੀਂ ਹੈ ਤਾਂ ਵੀਰੇ ਜਿਵੇਂ 315 ਬੋਰ ਹੀ ਹੈ ਜੀ ਠੀਕ ਹੈ ਜੀ ਜੀ ਬੋਰ ਦਾ 315 ਹੀ ਆ ਜੀ ਪਰ 315 ਜਿਹੜੇ ਹੁਣ ਉਹ ਤਾਂ ਜਿਵੇਂ ਮੈਗਜ਼ੀਨ ਇੱਥੇ ਲੱਗ ਜਾਂਦੇ ਆ ਜੀ 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 ਪਰ ਇਹ ਪਹਿਲਾਂ ਤੋਂ ਹੀ ਜਰਮਨ ਦੀ ਬਣੀ ਹੋਈ ਹੈ ਵੀ ਇਹ ਮੇਰੇ ਖਿਆਲ 'ਚ ਪੁਰਾਣੀ ਘੱਟੋ ਘੱਟ ਹੋਊਗੀ ਇਹ ਉਹ ਆਮ ਦੱਸਦੇ ਹੁੰਦੇ ਵੀ ਜਾਣਾ ਮੋੜ ਵੇਲੇ ਦੀ ਆ ਜੀ ਪਰ ਹੋਊਗੀ ਮੇਰੇ ਖਿਆਲ 'ਚ 125 ਸਾਲ ਦੇ ਲਗਭਗ ਪੁਰਾਣੀ ਇਹ ਬਾਪੂ ਹੁਣਾਂ ਤੋਂ ਵੀ ਪਹਿਲਾਂ ਦੀ ਆਪਣੇ ਨਹੀਂ ਪਹਿਲਾਂ ਦੀ ਹੈ ਜੀ ਵੀ ਮਤਲਬ ਹੁਣ ਜੇ ਆਪਾਂ ਗੱਲ ਕਰੀਏ ਤੁਹਾਡੀ 45 ਸਾਲ ਦੀ ਉਮਰ ਤਾਂ ਤੁਹਾਡੀ ਹੋ ਗਈ ਆ ਹਾਂਜੀ ਹਾਂਜੀ ਤੇ ਤੁਹਾਡਾ ਬਾਪੂ ਹੁਣੇ ਵੀ ਦੱਸਦੇ ਹੋਣਗੇ ਵੀ ਕਦੋਂ ਕਦੀ ਆ ਇਹ ਨਹੀਂ ਇਹ ਬਾਪੂ ਵਰਗੀ ਹਾਲਤ ਹੈਗੀ ਇਹ ਖਰੀਦੀ ਹੋਈ ਸੀਗੀ ਉਦੋਂ ਬਾਅਦ ਪਰ ਇਹ ਜਿੱਦ ਲਈ ਸੀ ਉਹਨਾਂ ਕੋਲੇ ਬਹੁਤ ਪੁਰਾਣੀ ਹੈ ਉਹਨਾਂ ਕੋਲੇ ਵੀ ਬਹੁਤ ਹਾਂਜੀ ਮਾਸਟਰ ਜੀ ਉਹਨਾਂ ਬਹੁਤ ਪੁਰਾਣੇ ਬੰਦੇ ਹੀ ਉਹਨਾਂ ਤੋਂ ਲਈ ਦੀ ਕਿੰਨੇ ਇੱਕ ਦੀ ਆਈ ਸੀ ਉਦੋਂ ਇਹ ਉਦੋਂ 95000 ਰੁਪਏ ਦੀ ਆਈ ਸੀ ਉਦੋਂ 95000 ਦੀ 96 ਹੁਣ ਤਾਂ ਮੈਂ ਨਾ ਇਹ ਰੇਅਰ ਅਸਲਾ ਹੋਊਗਾ ਇਹ ਜਿਹਾ ਅਸਲਾ ਹੈ ਹੀ ਨਹੀਂਗਾ ਬਹੁਤ ਘੱਟ ਹੋਊਗਾ ਹੁਣ ਤਾਂ ਮਹਿੰਗਾ ਹੋ ਗਿਆ ਹਾਂ ਇਹ ਦੀ ਛੇੜ ਛੜ ਕੁਝ ਨਹੀਂ ਕੀਤੀ ਕਿ ਜਿਵੇਂ ਹੈ ਰਹੀ ਨਾਲੋਂ ਵੀ ਹੈ ਜਿਵੇਂ ਆਹ ਦੇਖੋ ਬੱਟ ਦੇਖੋ ਇਹਦਾ ਜੀ ਇਹ ਬੱਟ ਆਮ ਤੋਂ ਉਹ ਟੁੱਟ ਜਾਂਦੇ ਮਾਰੇ ਤੋਂ ਜੀ ਇਹਨੂੰ ਭਾਵੇਂ ਤੁਸੀਂ ਕਿਸੇ ਜਾਨਵਰ ਦੇ ਮਾਰੋ ਨਾ ਟੁੱਟਣ ਵਾਲਾ ਨਾ ਬੱਟੋ ਕੋਈ ਚੀਜ਼ ਨਹੀਂ ਹੈ ਜੀ ਹੱਲਣ ਵਾਲੀ ਨਹੀਂ ਦੀ ਕੋਈ ਚੀਜ਼ ਇੱਕ ਛੋਟੀ ਬਹੁਤ ਆ ਹਲਕੀ ਆ ਹਲਕੀ ਬਹੁਤ ਹੈ ਉਹਦੇ ਮੁਕਾਬਲੇ ਹਲਕੀ ਜਿਵੇਂ 10 ਪੈਂਦੀਆਂ ਨੇ ਹਲਕੀ ਗੋਲੀਆਂ ਹੈਗੀਆਂ ਤਾਂ ਵੀ ਹਲਕੀ ਆ ਅੱਛਾ ਇਹਦੇ ਵਿੱਚ ਗੋਲੀਆਂ ਵੀ ਹੈਗੀਆਂ ਤਾਂ ਵੀ ਹਲਕੀ ਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਜਿਹੜੀ ਗੋਲੀ ਪੈਂਦੀ ਉਹ 315 ਵਾਲੀ ਕੋਈ ਪੈਂਦੀ 315 ਪੂਰੀ ਹੈ ਉਹ ਜਿਹੜੀ ਮਤਲਬ ਉਂਗਲ ਵਰਗੀ ਹੁੰਦੀ ਆ ਹਾਂਜੀ ਹਾਂਜੀ ਉਹ ਰੌਂਦ ਪੈਂਦੇ ਆ ਹਾਂਜੀ ਹਾਂਜੀ ਤੇ ਆ ਇਹਦੇ ਕੀ ਲੱਗਿਆ ਸਿਸਟਮ ਆ ਦੂਰਬੀਨ ਵਾਲਾ ਸਿਸਟਮ ਲੱਗਿਆ ਇਹ ਮੰਨ ਲਓ ਉਹਨਾਂ ਟਾਈਮਾਂ ਦੀ ਇਹ ਦੂਰਬੀਨ ਆ ਜੀ ਜੀ ਇਹਨੂੰ ਜਿੱਥੇ ਵੀ ਮੰਨ ਲਓ ਇਹਨੂੰ ਬਚਾ ਕੇ ਆਪਾਂ ਕਰਨਾ ਆ ਦੇਖੋ ਉੱਪਰ ਨੂੰ ਆ ਜਾਊਗਾ ਇਹ ਜੀ ਇਹਨੂੰ ਜਿੱਥੇ ਵੀ ਨਿਸ਼ਾਨਾ ਦੂਰ ਲਾਉਣਾ ਨੇੜੇ ਲਾਉਣਾ ਉਵੇਂ ਕਰੀ ਹਲਕੇ ਨੀਚੇ ਜਾਊ ਥੱਲੇ ਇਹ ਇਹਨੂੰ ਜਿੱਥੇ ਵੀ ਸੈੱਟ ਕਰ ਲਾਂਗੇ ਉੱਥੇ ਹੀ ਖੜ ਜਾਊਗਾ ਜੀ ਕਿਉਂਕਿ ਗੱਲ ਪਤਾ ਕੀ ਆ ਵੀ ਕਿਉਂਕਿ ਇਹਦੇ ਵਿੱਚੋਂ ਇੱਕ ਸਿੰਗਲ ਉਹ ਰਹਿਣਾ ਨਿਕਲਣਾ ਇੱਕ ਹੀ ਇੱਕ ਹੀ ਤਾਂ ਇਹਦਾ ਤਾਂ ਫਿਰ ਪੂਰਾ ਨਿਸ਼ਾਨਾ ਹੀ ਚਾਹੀਦਾ ਨਿਸ਼ਾਨਾ ਤਾਂ ਫਿਰ ਜ਼ਰੂਰੀ ਹੈ ਜਿਹੜੇ ਹੁਣ ਉਹਨੇ ਸਾਹ ਘੁੱਟੇ ਨਿਸ਼ਾਨਾ ਨਹੀਂ ਲੱਗਦਾ ਗੱਲ ਤੋਂ ਇਹ ਬਾਕੀ ਇਹ ਧੜਕਾ ਧੁੜਕਾ ਹੈ ਨਹੀਂ ਜੀ ਕੋਈ ਤੇ ਇਹਦੇ ਇਹਦਾ ਲੌਕ ਕਿਸ ਤਰ੍ਹਾਂ ਕੰਮ ਕਰਦਾ ਲੌਕ ਆ ਸੀ ਵੀਰੇ ਦਾ ਜੀ ਮੰਨ ਲਓ ਇਹਦਾ ਲੌਕ ਆ ਜੀ ਜੀ ਇਹਨੂੰ ਜਿਵੇਂ ਹੁਣ ਜਿਵੇਂ ਗੋਲੀਆਂ ਲੌਕ ਆ ਥਲੜੀਆਂ ਜੀ ਇਹ ਮਤਲਬ ਪਿੱਛੇ ਨੂੰ ਜਦੋਂ ਕਰਾਂਗੇ ਜੀ ਜੀ ਹੁਣ ਇਹਨੂੰ ਪਿੱਛੇ ਨੂੰ ਕਰ ਦਿਆਂਗੇ ਜੀ ਹੁਣ ਥਲੜੀਆਂ ਗੋਲੀਆਂ ਉੱਪਰ ਆਉਣ ਲੱਗ ਜਾਣਗੀਆਂ ਹੁਣ 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 ਚੜਾਇਓ ਤਾਂ ਗੋਲੀ ਇੱਕ ਆਂਗਲ ਪਰੇ ਗੱਲ ਬੜੀ ਜੀ ਆ ਗਈ ਆ ਗੋਲੀ ਆ ਗਈ ਹੁਣ ਅੱਗੇ ਨੂੰ ਮਾਰਾਂਗੇ ਜੀ ਜੀ ਵੀ ਚੱਲਣ ਨੂੰ ਤਿਆਰ ਹੈ ਜੀ
ਠੀਕ ਹੈ ਜੀ। ਥੱਲੇ ਬਸ ਜੋ ਗੋਲੀਆਂ ਪਾਉਣੀਆਂ ਵੀ ਹੈ, ਬਸ ਉਹੀ ਸਿਸਟਮ ਹੈ ਜੀ। ਆਪਣੇ ਆਪ ਹੀ ਇੱਥੇ ਗਾਂਹ ਤੁਰਗਾ ਜਾਣਗੀਆਂ ਜੀ, ਬਸ ਇਹ ਬਸ ਇੱਕ ਇੱਕ ਪਾਈ ਜਾਣੀ ਉਹ ਗਾਂਹ ਤੁਰਗਾ ਜਾਣਗਾ ਜਿੰਨਾ ਚਿਰ ਭਰਦਾ ਨਹੀਂ, ਜਿੰਨਾ ਚਿਰ ਭਰਦਾ ਇਹਦੇ 9 ਵਿੱਚ ਪੈ ਜਾਣਗੀਆਂ, 10 ਵੀ ਇਹਦੇ ਉੱਪਰ ਪੈ ਜਾਣਗੇ, ਉੱਪਰ ਪੈ ਜਾਂਦੀ। ਹਾਂਜੀ ਹਾਂਜੀ 9 ਇਹਦੇ ਵਿੱਚ ਪੈ ਜਾਣਗੀਆਂ। ਹਾਂਜੀ ਹਾਂਜੀ। ਤੇ ਅੱਛਾ ਇਹ ਇਹ ਹੋ ਗਿਆ ਗੋਲੀਆਂ ਵਾਲਾ ਲੋਕ, ਤੇ ਆ ਆ ਲੋਕ ਕਾਦੇ ਵਾਸਤੇ ਆ? ਇਹ ਵੀ ਇਹੀ ਜੀ, ਬਸ ਜਿਵੇਂ ਇੱਥੇ ਕਰਕੇ ਤਾਂ ਗੋਲੀਆਂ ਲੋਕ ਹੋ ਗਈਆਂ ਜੀ, ਹੁਣ ਗੋਲੀਆਂ ਲੋਕ ਹੋ ਗਈਆਂ ਜੀ ਜੀ। ਇਹਨੂੰ ਜਦੋਂ ਆਪਾਂ ਇੱਥੇ ਕਰ ਦਾਂਗੇ ਜੀ ਜੀ, ਹੁਣ ਭਾਵੇਂ ਉੱਪਰ ਗੋਲੀ ਚੜੀ ਹੋਈ ਇਹਦੇ ਵੀ ਤਿਆਰ ਹੈ ਚੱਲਣ ਨੂੰ, ਪਰ ਹੁਣ ਨਹੀਂ ਚੱਲੂਗੀ ਇਹ, ਖਤਮ ਹੈ ਉਹ। ਮਤਲਬ ਇਹਦੇ ਨਾਲ ਟੋਟਲ ਲੌਕ ਹੋ ਗਈ ਇਹ ਸਾਰੀ ਲੌਕ, ਵੀ ਮੰਨ ਲਓ ਬੰਦਾ ਸਰਾਣੇ ਸਰੂਣੇ ਰੱਖ ਕੇ ਪਿਆ ਵੀ ਕਿਤੇ ਨਹੀਂ ਨਾ ਕੋਈ ਫਿਰ ਮਤਲਬ ਖਤਰਾ ਖਤਮ ਹੋ ਗਿਆ। ਹਾਂਜੀ ਹਾਂਜੀ ਇਹਦੇ ਨਾਲ ਚੱਲਣ ਦਾ ਖਤਰਾ ਖਤਮ ਹੋ ਗਿਆ। ਹਾਂਜੀ ਹਾਂਜੀ ਯਾਰ, ਸਭ ਤੋਂ ਵੱਡੀ ਗੱਲ ਇਹ ਆ, ਮੈਂ ਇੱਕ ਗੱਲ ਮੁੰਡਿਆਂ ਨੂੰ ਨਾ ਅੱਜ ਕੱਲ੍ਹ ਦੇ ਨੂੰ ਅਸਲੇ ਦਾ ਸ਼ੌਂਕ ਬਹੁਤ ਆ, ਅਸਲੇ ਉਸਲੇ ਦੇ ਗੀਤ ਸੁਣਦੇ ਆ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹਨੇ ਯਾਰ ਅਸਲੇ ਨੇ ਬੰਦੇ ਬਚਾਏ ਘੱਟ ਆ ਮਾਰੇ ਵੱਧ ਆ, ਠੀਕ ਆ ਕਰੀ ਹੁੰਦਾ ਤਾਂ ਸੇਫਟੀ ਲਈ ਆ, ਪਰ ਮੈਂ ਦੇਖਿਆ ਕਿ ਬਹੁਤ ਲੋਕਾਂ ਨੇ ਘਰੇ ਰੱਖ ਕੇ ਆਪਦੇ ਨਿਆਣੇ ਵੱਧ ਮਾਰ ਲਿਆ, ਦੁਸ਼ਮਣ ਘੱਟ ਮਾਰਿਆ ਹੋਊਗਾ। ਹਾਂ ਉਹੀ ਗੱਲ, ਕਿਉਂਕਿ ਨੌਲੇਜ ਨਾ ਹੋਣਾ, ਜਾਣਕਾਰੀ ਨਾ ਹੋਣਾ ਕਿਸੇ ਵੀ ਚੀਜ਼ ਨੂੰ ਰੱਖਣਾ, ਜਿੰਨੀ ਵੀ ਉਹ ਖਤਰਨਾਕ ਆ, ਚਾਹੇ ਉਹ ਘੋੜਾ ਚਾਹੇ ਉਹ ਕੁੱਤਾ ਚਾਹੇ ਉਹ, ਉਦੋਂ ਹੀ ਤੁਹਾਨੂੰ ਵਫਾ ਕਰਦੀ ਹੈ ਕੋਈ ਚੀਜ਼ ਜਦੋਂ ਉਹਦੇ ਬਾਰੇ ਤੁਹਾਨੂੰ ਨੌਲੇਜ ਆ। ਹਾਂਜੀ ਹਾਂਜੀ, ਕਈ ਬੰਦੇ ਸੇਫ ਹੀ ਨਹੀਂ ਪਤਾ ਹੁੰਦਾ ਜੀ। ਹਾਂ ਜੇ ਤੁਹਾਨੂੰ ਉਹਦੀ ਜਾਣਕਾਰੀ ਹੈ ਨਹੀਂ ਤਾਂ ਇਹਦਾ ਮਤਲਬ ਸਾਫ਼ ਆ ਕਿ ਤੁਸੀਂ ਤੁਹਾਡੇ ਲਈ ਉਹ ਖਤਰਾ ਹੀ ਬਣੂਗੀ, ਚਾਹੇ ਸ਼ੌਂਕ ਤੁਹਾਨੂੰ ਅਸਲੇ ਦਾ, ਚਾਹੇ ਤੁਹਾਨੂੰ ਘੋੜੇ ਦਾ, ਚਾਹੇ ਤੁਹਾਨੂੰ ਕੁੱਤੇ ਦਾ, ਚਾਹੇ ਤੁਹਾਨੂੰ ਕਿਸੇ ਵੀ ਚੀਜ਼ ਦਾ, ਜੇ ਤੁਹਾਨੂੰ ਉਹਦੀ ਨੌਲੇਜ ਹੈ ਨਹੀਂ ਤਾਂ ਤੁਹਾਡੇ ਲਈ ਉਹ ਨੁਕਸਾਨਦਾਇਕ ਆ, ਜੇ ਨੌਲੇਜ ਆ ਤਾਂ ਫਿਰ ਤੁਹਾਡਾ ਸ਼ੌਂਕ ਕਾਮਯਾਬ ਵੀ ਆ ਕਿਤੇ ਨਾ ਕਿਤੇ। ਵੀ ਮਤਲਬ ਮੇਰਾ ਇਸ ਵੀਡੀਓ ਦੇ ਵਿੱਚ ਜਿੰਨਾ ਕੁ ਇਸ ਰਾਈਫਲ ਬਾਰੇ, ਇਹ ਵੱਜਦੀ ਕਿਹੜੀ ਆ ਬਾਈ? ਇਹ 315 ਵਾਰੀ, 315 ਹੀ ਆ, ਪਰ ਹੁਣ ਜਿਹੜੀਆਂ 315 ਆਉਂਦੀਆਂ ਉਹ ਅਲੱਗ ਟਾਈਪ ਦੀਆਂ, ਉਹ ਅਲੱਗ ਟਾਈਪ ਉਹਦੇ, ਉਹਨਾਂ ਦੇ ਇੱਥੇ ਮੈਗਜ਼ੀਨ ਲੱਗਦਾ, ਉਹਨਾਂ ਦੇ ਮੈਗਜ਼ੀਨ ਲੱਗਦਾ। ਇਹ ਬਾਕੀ ਉਹ ਜੋ ਉਹਨਾਂ 'ਚ ਕਿਤੇ ਗੋਲੀ ਅੜ ਜਾਂਦੀ, ਗੋਲੀ ਗੱਲ ਨਹੀਂ ਫਸਦੀ ਜਿਵੇਂ ਹੈ ਉਵੇਂ। ਇਹਨੂੰ ਆਪਾਂ ਕਹਿ ਸਕਦੇ ਵੀ ਇਹ ਤਕਰੀਬਨ 100 ਸਾਲ, ਇਹ ਜਰਮਨ ਦੀ ਬਣੀ ਹੋਈ ਆ, ਜਰਮਨ ਦੀ ਬਣੀ ਹੋਈ ਆ, ਉੱਪਰ ਸਾਰਾ ਹੈਗਾ ਜੀ ਸਿਸਟਮ, ਇਹ ਜਰਮਨ ਦੀ ਬਣੀ ਹੋਈ ਆ। ਹਾਂਜੀ ਹਾਂਜੀ, ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਉਦੋਂ ਜਰਮਨ ਵਾਲਿਆਂ ਨੇ ਜਦੋਂ ਵਿਸ਼ਵ ਯੁੱਧ ਵੇਲੇ ਉਦੋਂ ਉਹਨਾਂ ਦੀ ਫੌਜ ਬੋਲ ਦਿੰਦਾ, ਉਹ ਦੱਸ ਰਿਹਾ ਵੀ ਦੂਜੇ ਵਿਸ਼ਵ ਯੁੱਧ ਵੇਲੇ ਦੀ ਆਪਣੇ ਜਿਹੜੇ ਬੰਦਿਆਂ ਨੇ ਮਾਸਟਰੀ ਸੀਗੀ ਉਹ ਦੱਸਦੇ ਹੁੰਦੇ ਜੀ, ਵੀ ਉਹਨਾਂ ਟਾਈਮਾਂ ਦੀ ਇਹ। ਹਾਂ ਵੀ ਉਹਨਾਂ ਨੇ, ਉਹਨਾਂ ਨੇ ਪਹਿਲਾਂ ਪੁਰਾਣੀ ਲਈ ਹੋਈ ਸੀਗੀ ਤੇ ਮੰਨ ਲਓ ਵੀ ਹੁਣ ਤਾਂ ਹੈ ਨਹੀਂ ਇਸ ਦੁਨੀਆਂ ਤੇ ਉਹਨਾਂ ਤੱਕ, ਵੀ ਆਪਾਂ ਇਹ ਕਹਿ ਸਕਦੇ ਵੀ ਵਿਸ਼ਵ ਯੁੱਧ ਦੇ ਵਿੱਚ ਉਹਨਾਂ ਦੀ ਫੌਜ ਵੱਲੋਂ ਵਰਤਿਆ ਹੋਇਆ ਅਸਲਾ। ਹਾਂਜੀ ਹਾਂਜੀ ਹਾਂਜੀ, ਵੀ ਉਦੋਂ ਬਾਅਦ ਹੌਲੀ ਹੌਲੀ ਨਿਲਾਮ ਹੋ ਗਿਆ ਅਸਲਾ, ਉਦੋਂ ਬਾਅਦ ਹੀ ਹਾਂਜੀ ਹਾਂਜੀ, ਕਿਉਂਕਿ ਜਿਵੇਂ ਜਿਵੇਂ ਅਸਲਾ ਬਾਈ ਫੌਜ ਰਿਜੈਕਟ ਕਰਦੀ ਆ ਉਹ ਪੁਲਿਸ ਕੋਲੇ ਆ ਜਾਂਦਾ, ਪੁਲਿਸ ਤੋਂ ਗਾਂ ਜਿਹੜਾ ਪੁਲਿਸ ਤੋਂ ਗਾਂ ਚਲਿਆ ਜਾਂਦਾ ਉਹ ਫਿਰ ਆਪਣੇ ਕੋਲੇ ਆ ਜਾਂਦਾ। ਹਾਂਜੀ ਹਾਂਜੀ, ਹੈ ਨਾ, ਉਦੋਂ ਪੁਲਿਸ ਤੋਂ ਆਪਾਂ ਨੂੰ ਹੇਠਲੇ ਲੈਵਲ ਦਾ ਰੱਖਣ ਦਾ ਅਧਿਕਾਰ ਹੁੰਦਾ। ਹਾਂਜੀ ਹਾਂਜੀ, ਤੇ ਆ ਵੀ ਜਰਮਨ ਦੀ ਹੈ? ਹਾਂ ਇਹ ਵੀ ਸਾਰੀ ਜਰਮਨ ਦੀ ਹੈ। ਇਹ ਤਾਂ ਬਾਪੂ ਹੁਣਾਂ ਵੇਲੇ ਦੀ ਹੈ? ਹਾਂਜੀ ਹਾਂਜੀ ਹਾਂਜੀ, ਇਹ ਬਾਪੂ ਕੋਲੇ ਪੁਰਾਣੀ ਸੀ? ਨਹੀਂ, ਹਾਂ ਉਹਨਾਂ ਕੋਲੋਂ ਉਹਨਾਂ ਟਾਈਮ ਤਾਂ ਨਵੀਂ ਸੀ, ਹੁਣ ਤਾਂ ਪੁਰਾਣੀ ਹੋ ਗਈ। ਮਤਲਬ ਇਹ ਬਾਪੂ ਨੇ ਲਈ ਸੀ? ਹਾਂਜੀ ਹਾਂਜੀ ਹਾਂਜੀ, ਇਹ ਬਾਪੂ ਨੇ, ਇਹ ਦੋ ਨਾਲ ਹੀ ਆ, ਇਹ 12 ਇਹ ਇਹਦੇ ਦੋ ਨਾਲ ਦੇ ਵਿੱਚ ਤੇ ਆਮ ਦੋ ਨਾਲ 'ਚ ਕੀ ਫਰਕ ਹੈ? ਇੱਕ ਤਾਂ ਮੈਨੂੰ ਸਾਫ਼ ਦਿਸੀ ਜਾਂਦਾ ਵੀ ਹੌਲੀ ਫੁੱਲ ਲੱਗੀ ਹੈ ਹੁਣ, ਜਾਣੀ ਕਿ ਫੁੱਲ ਸਹਿਜ ਆਈ ਇਹ ਜੀ। ਇੱਕ ਤਾਂ ਮਤਲਬ ਹਲਕੀ ਆਈ ਜੀ, ਇਹ ਮਤਲਬ ਇੱਕ ਕਹੀ ਜਾਂਦਾ ਆਮ ਕੱਲੀਆਂ ਜਿਹੜਾ ਬੈਰਲ ਆਈ ਜੀ, ਇਹ ਬਾਹਰ ਨੂੰ ਲੱਗੀ ਹੁੰਦੀ ਹੈ ਬਾਹਰ ਦੀ ਜੀ। ਅੱਛਾ ਜੀ, ਇਹ ਸਾਰੀ ਆਈ, ਸਾਰੀ ਬਾਹਰ ਦੀ ਜਰਮਨ ਸਾਰੀ ਹੈ। ਵੀ ਕਈਆਂ ਦੀ ਤਾਂ ਇਕੱਲੀ ਬੈਰਲੀ ਬਾਹਰਲੀ ਹੁੰਦੀ ਆ, ਆ ਆ ਮੁੱਠਾ ਆ ਚੀਜ਼ ਨਹੀਂ ਬਾਹਰਲਾ ਹੁੰਦਾ, ਆ ਇੱਧਰਲਾ ਦੇਸੀ ਹੁੰਦਾ, ਇਹਦੇ ਸਾਰਾ ਟੋਟਲ ਸਟਰਕਚਰ ਹੀ ਇਹਦਾ ਬਾਹਰਲਾ। ਹਾਂਜੀ, ਹੁਣ ਜੇ ਆਮ 12 ਬੋਰ ਨਾ ਜੀ ਤੁਸੀਂ ਦੇਖੋ ਆਪਾਂ ਨੂੰ 2500 ਚ ਵੀ ਮਿਲ ਜਾਂਦੇ 3000 ਜੀ, ਪਰ ਇਹਦਾ ਸਾਨੂੰ ਹੁਣ ਵੀ ਗਨ ਹਾਊਸ ਵਾਲੇ ਯਾਨੀ ਕਿ 90-85-90 ਹਜ਼ਾਰ ਰੁਪਇਆ ਕਹਿ ਰਹੇ ਆ ਵੀ ਸਾਨੂੰ ਇਸ ਰਾਈਫਲ ਦਾ। ਹਾਂਜੀ ਹਾਂਜੀ, ਆ ਬਾਈ ਵਰਗੇ ਬੈਠੇ ਜੀ ਕੋਲੇ ਜੀ, ਬਹੁਤ ਮੰਗਦੇ ਇਹਨੂੰ, ਇਹਦੀ ਇੰਨੀ ਮੰਗ ਆ? ਹਾਂਜੀ ਹਾਂਜੀ, ਇਹਦੀ ਨਾਲੀਆਂ ਚੌਕ ਆ ਜੀ। ਅੱਛਾ ਜੀ, ਅੱਛਾ, ਮਾਰ ਮੂਰ ਦੂਜੀ ਕਹਿੰਦਾ ਬਹੁਤ ਜ਼ਿਆਦਾ ਮਾਰ ਜ਼ਿਆਦਾ, ਇਹਦੇ 'ਚ ਉਹ ਖਿੰਡਣ ਵਾਲਾ ਰੌਂਦ ਪੈਂਦਾ। ਹਾਂਜੀ ਹਾਂਜੀ, ਇਹ ਇਹਨਾਂ ਦੇ ਜਿਹੜਾ ਇਹਨਾਂ ਦਾ ਰੌਂਦ ਹੁੰਦਾ ਉਹ ਸਾਰੇ ਸਾਰੇ ਰੌਂਦ ਖਿੰਡਦੇ ਹੀ ਹੁੰਦੇ ਆ ਕਿ ਇਹਦੇ 'ਚ ਵੀ ਇੱਕ ਵਾਲਾ ਹੁੰਦਾ? ਇੱਕ ਵਾਲਾ ਹੀ ਹੁੰਦਾ ਜੀ, ਦੇਸੀ ਵਿੱਚ ਬਹੁਤ ਚਲਾਏ ਗਏ, ਤਰ੍ਹਾਂ ਤਰ੍ਹਾਂ ਦੇ ਹੁੰਦੇ ਜੀ, ਇੱਕ ਨੰਬਰ 2 ਨੰਬਰ ਐਲ ਜੀ ਦੇ ਹੁੰਦੇ ਜਿਹੜੇ, ਉਹਨਾਂ 'ਚ ਇਕੱਲਾ ਹੀ ਹੁੰਦਾ ਜੀ। ਮਤਲਬ ਦੇਖੋ ਕਮਾਲ ਦੀ ਗੱਲ ਇਹ ਆ ਵੀ ਦੇਖੋ ਸ਼ੌਂਕ ਦਾ ਕੋਈ ਮੁੱਲ ਨੀਗਾ, ਹੁਣ ਦੇਖੋ ਵੀ ਆਹ ਜਰਮਨ ਦੀ ਬਣੀ ਹੋਈ ਆ, ਜੇ ਤਾਂ ਪੜਾਕਾ ਪਾਉਣ ਵਾਲੀ ਗੱਲ ਹੀ ਕਰੀਏ ਫਿਰ ਤਾਂ 2500 ਵਾਲੀਆਂ ਵੀ ਪੜਾਕਾ ਪਾਈ ਜਾਂਦੇ, ਠੀਕ ਆ ਨਾ? ਤੇ ਜੇ ਹੁਣ ਸ਼ੌਂਕ ਦੀ ਗੱਲ ਕਰੀਏ ਤਾਂ ਹੁਣ ਇਹਦਾ ਕੋਈ 1,00,000 ਰੁਪਇਆ ਦੇਣ ਨੂੰ ਵੀ ਤਿਆਰ ਆ। ਕਮਾਲ ਦੀ ਗੱਲ ਇਹ ਆ, ਤੇ ਜੇ ਹੁਣ ਬਰਾਬਰ ਧਰਨੀ ਹੋਵੇ ਮੇਰੇ ਅਣਜਾਣ ਬੰਦੇ ਨੂੰ ਦੋਨੇ 1:00 ਹੀ ਲੱਗਣਗੀਆਂ, ਪਰ ਜਿਹੜਾ ਪਰਖ ਵਾਲਾ ਉਹ ਦੂਰੋਂ ਦੱਸ ਦੂਗਾ ਤੁਰੀ ਆਉਂਦੀ, ਉਹ ਉਹਨੂੰ ਹੁਣ ਜਿਹੜਾ ਕੋਈ ਪਰਖ ਵਾਲਾ ਮੂਹਰੇ ਵੀਡੀਓ ਦੇਖੀ ਜਾਂਦਾ ਹੋਊਗਾ ਉਹਦਾ ਮਨ ਹੋ ਕੇ ਲੈਂਦਾ ਹੋਊ ਵੀ ਕਿਆ ਬਾਤ ਆ ਯਾਰ, ਅਸਲਾ ਤਾਂ ਉਹ ਦੇਖ ਉਹ ਹੱਥ 'ਚ ਫੜ ਸਾਰੀ ਦੱਸ ਦਿਓ ਨਹੀਂ ਵੀ ਅਸਲ ਦੇ ਵਿੱਚ ਕਹਿੰਦੇ ਹੁੰਦੇ ਵੀ ਜਿਹੜਾ ਅਸਲਾ ਉਹ ਤਾਂ ਫਿਰ ਪਰਖ ਵਾਲਾ ਬੰਦਾ ਹੀ ਸੀ। ਪਰਖ ਵਾਲਾ ਲੈ ਵੀ ਨੌਲੇਜ ਕਿਹੋ ਜਿਹੀ ਲੱਗੀ?
ਤੇ ਇਹ ਬਾਪੂ ਹੋਣਾਂ ਦੇ ਬਾਪੂ ਜਗਿੰਦਰ ਹੋਣਾਂ ਦੇ ਜ਼ਮਾਨੇ ਦੀਆਂ ਜਦੋਂ ਉਹਨਾਂ ਨੂੰ ਘੋੜਿਆਂ ਤੇ ਅਸਲ ਤੇ ਬਾਪੂ ਹੋਣੀ ਤਾਂ ਸਕੀਰੀਆਂ ਸਕੂਰੀਆਂ ਤੇ ਫਿਰ ਘੋੜਿਆਂ ਤੇ ਜਾਂਦੇ ਘੋੜਾ ਉਹ ਹੁਣ ਤੱਕ ਵੀ ਘੋੜੇ ਤੇ ਜਾਂਦੇ ਨੇ ਜਿਹੜੀ ਮੱਝੂ ਕੇ ਉਹਨੂੰ ਪਹਿਲਾਂ ਘੋੜੀ ਭਰਾ ਕੇ ਲੈਂਦੀ ਉਹ ਤੁਰ ਕੇ ਜਾਂਦੀ ਜਾਂ ਜਾਂਦੇ ਹੋਏ ਤਾਂ ਉਹ ਚੜ ਕੇ ਜਾਂਦੇ ਜੀ ਉਧਰੋਂ ਘੋੜੀ ਭਰਾ ਕੇ ਉਹ ਵਾਪਸ ਤੁਰ ਕੇ ਆਉਂਦੇ ਸਾਰੇ ਦਾ ਤੁਰ ਕੇ ਆਉਂਦੇ ਹਾਂ ਸਕੀਰੀਆਂ ਦੇ ਮਿਲਦੇ ਰਿਸ਼ਤੇਦਾਰਾਂ 'ਚ ਮਿਲੇ ਆ ਹੋਰ ਦੇਖ ਲਓ ਜਿਹੜੇ ਆਪਣੇ ਜੱਗੇ ਦੀ ਗੱਲ ਕਰਦੇ ਉੱਟ ਨਾਲ ਇਹਨਾਂ ਦੇ ਪਿੰਡਾਂ ਤੱਕ ਤਾਂ ਉੱਥੇ ਆਲਮਪੁਰ ਮੰਦਰਾਂ ਜੀ ਸਹੁਰੇ ਸੀ ਬਾਬਾ ਜੀ ਦੇ ਜੀ ਉਥੋਂ ਆਮ ਹੀ ਘੋੜੀ ਤੇ ਜਾਂਦੇ ਬਾਪੂ ਹੁਣੀ ਆਮ ਘੋੜੀ ਤੇ ਹਾਂ ਜੀ ਪ੍ਰੀ ਪ੍ਰੇਮ ਸਿੰਘ ਰਾਜ ਪਿੰਡ ਆਉਂਦਾ ਉੱਟ ਤੇ ਜਿਵੇਂ ਉੱਥੇ ਰੋਕ ਕੇ ਜੱਗੇ ਕੋਲ ਇਹ ਜੱਗੇ ਕਹਿੰਦੇ ਵੀ ਸ਼ੌਂਕ ਤਾਂ ਹੀ ਪਿਆ ਜੀ ਘੋੜੀਆਂ ਦਾ ਬਾਬੇ ਦੇ ਫਿਰ ਇੱਥੇ ਆਉਣਾ ਉਹਨਾਂ ਨੇ ਮਿਲ ਕੇ ਜਾਣਾ ਆਉਂਦੀ ਸੀ ਘੋੜੀ ਹੈ ਨਾ ਬਾਪੂ ਦੀ ਚੜਾਈ ਸੀ ਬਾਪੂ ਨੂੰ ਲੋਕ ਬੁਲਾਉਂਦੇ ਸੀ ਹਾਂਜੀ ਹਾਂਜੀ ਉਹ ਚੀਜ਼ ਨਾਲ ਫਰਕ ਪੈਂਦਾ ਸੀ ਹਾਂਜੀ 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 ਤੇ ਜਦੋਂ ਆਪਣੇ ਐਡਮ ਪੈਦਾ ਹੋਇਆ ਹਾਂਜੀ ਸਾਰਿਆਂ ਨੂੰ ਪਹਿਲਾਂ ਵੀ ਕਿਹਨੇ ਆਖਿਆ ਸੀ ਵੀ ਭਾਈ ਆ ਘੋੜਾ ਬਣੂਗਾ ਬਾਪੂ ਨੇ ਕਿਹਾ ਸੀ ਜਾਂ ਕੋਈ ਹੋਰ ਬੰਦਾ ਆ ਕੇ ਦੱਸ ਕੇ ਗਿਆ ਸੀ ਬਾਕੀ ਬਾਬੇ ਨੇ ਵੀ ਕਿਹਾ ਸੀ ਬਾਕੀ ਸਾਨੂੰ ਵੀ ਆਏ ਸੀ ਵੀ ਅਸੀਂ ਇਹ ਘੋੜਾ ਪਾਲ ਗਏ ਇਹਨੂੰ ਰੱਖ ਗਏ ਵੀ ਉਦੋਂ ਹੀ ਥੋੜੇ ਚਿਰ ਚ ਹੀ ਕਿਉਂਕਿ ਆਪ ਨੂੰ ਬੜਾ ਚਾਹ ਸੀ ਬਾਈ ਉਦੋਂ ਭਾਈ ਪਹਿਲਾਂ ਕਹਿੰਦੇ ਜਮਾਂ ਕਾਲਾ ਸੀ ਇਹ ਪਹਿਲਾਂ ਨਹੀਂ ਕਾਲੇ ਤੋਂ ਪਹਿਲਾਂ ਤਾਂ ਸੀਗੇ ਵੀ ਇਹ ਲਾਲ ਜੀ ਭਖ ਮਾਰਦੀ ਜਿਵੇਂ ਆਪਾਂ ਕਹਿੰਦੇ ਗਿੱਦੜ ਰੰਗਾ ਕਹਿ ਦਿੰਦੇ ਆ ਜੀ ਉਹ ਸੀਗਾ ਜੀ ਫਿਰ ਹੌਲੀ 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 ਜਾ ਕੇ ਮਤਲਬ 1 ਸਾਲ ਦਾ ਕਾਲਾ ਹੋ ਗਿਆ ਸੀ ਬਿਲਕੁਲ ਕਾਲਾ ਹੋ ਗਿਆ ਹਾਂਜੀ ਫਿਰ 2.5 ਸਾਲ ਤੋਂ 3 ਸਾਲ ਤੋਂ ਬਾਅਦ ਇਹ ਚਿੱਟਾ ਹੁਣ ਛਿੰਬੇ ਕੱਢਣ ਲੱਗ ਗਏ ਸੀ ਵਿੱਚ ਛਿੰਬੇ ਕੱਢਣ ਲੱਗ ਗਏ ਪਹਿਲਾਂ ਪੂਛ ਚ ਕੱਢੇ ਪਹਿਲਾਂ ਮੱਥੇ 'ਚ ਫਿਰ ਪੂਛ 'ਚ ਜੀ ਮੈਂ ਫਿਰ ਐ ਨੀਲਾ ਹੋ ਗਿਆ ਜੀ ਫਿਰ 3 ਸਾਲ ਤੇ ਜਾ ਕੇ ਨੀਲਾ ਹੋ ਗਿਆ ਫਿਰ ਉਹ ਛਿੰਬਾਂ ਜਿਹਾ ਵਾਲਾ ਪਹਿਲਾਂ ਬਣਿਆ ਫਿਰ ਅਖੀਰ ਤੇ ਜਾ ਕੇ ਜਮਾ ਹੀ ਚਿੱਟਾ ਹੋ ਗਿਆ ਫਿਰ ਜਮੀ ਚਿੱਟਾ ਹੋ ਗਈ ਨਾਥਾ ਕੋਲੇ ਜਾ ਕੇ ਚਿੱਟਾ ਹੋ ਗਿਆ ਸੀ ਹੀਰੋ ਜੀ ਨਾਥਾ ਕੋਲੇ ਜਾ ਕੇ ਹੋ ਗਿਆ ਹਾਂਜੀ ਹਾਂਜੀ ਇਹ ਤੁਹਾਡੇ ਕੋਲੋਂ ਕਿੰਨੇ ਗਾਹਾਂ ਦੀ ਗਾਹਾਂ 3-4 ਥਾਵਾਂ ਤੇ ਚਲੇ ਗਏ ਐਡਮ ਹਾਂਜੀ ਹਾਂਜੀ ਪਰ ਆਪਾਂ ਜਿਵੇਂ ਆਪਾਂ ਕਹਿੰਦੇ ਆਪਣੇ ਹੱਥ ਨਾਲ ਸਾਈ ਫੜਾਈਏ ਜਿੰਨੇ ਵੀ ਬਕਿਆ ਗਾਹਾਂ ਆਪਣੇ ਇਹ ਮੇਰੇ ਵੀ ਸੁਣਨ ਚ ਆਉਂਦੀ ਹੈ ਕਹਿੰਦੇ ਵੀ ਉਹਦਾ ਤੁਹਾਡੇ ਨਾਲ ਕੁਦਰਤੀ ਗੱਲ ਹੈ ਕਨੈਕਸ਼ਨ ਰਿਹਾ ਹੀ ਰਿਹਾ ਕੋਲੇ ਹੈਨਾ ਵੀ ਜੇ ਤੁਸੀਂ ਗਾਹਾਂ ਵੀ ਦਬਾਉਂਦੇ ਸੀ ਤਾਂ ਤੁਸੀਂ ਵੀ ਦਬਾਉਂਦੇ ਸੀ ਹਾਂਜੀ 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 ਹਾਂ ਘੋੜਾ ਕੁਦਰਤੀ ਗੱਲ ਹੈ ਕਿ ਤੁਹਾਡੇ ਹੱਥੋਂ ਹੀ ਗਾਹਾਂ ਜਾਂਦਾ ਹੈ ਹਾਂਜੀ 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 ਹਾਂ ਲੈ ਵੀ ਸਾਂਝ ਸੀਗੀ ਹੈਨਾ ਉਹਨੇ ਮਾਲਕ ਦੀ ਕਿਰਪਾ ਨਾਲ ਤੁਹਾਡਾ ਨਾਂ ਕੀਤਾ ਹਾਂਜੀ ਅੱਜ ਤੱਕ ਵੀ ਤੁਹਾਡਾ ਨਾਂ ਹੈਨਾ ਉਹ ਘੋੜੇ ਦਾ ਸਦਕਾ ਚੱਲਦਾ ਹੈ ਹਾਂਜੀ ਹਾਂਜੀ ਆਪਾਂ ਇਹ ਕਹਿ ਸਕਦੇ ਹਾਂ ਹਾਂਜੀ ਤੇ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਆ ਜਾਂਦੀਆਂ ਹਨਾ ਤੁਹਾਨੂੰ ਆਪਾਂ ਇਹ ਕਹਿ ਸਕਦੇ ਵੀ ਉਹ ਤੁਹਾਨੂੰ ਸਦਾ ਲਈ ਜਿਉਂਦੇ ਕਰ ਜਾਂਦੀਆਂ ਗੱਲ ਉਹ ਹੀ ਬਈ ਸੁਰਿੰਦਰ ਜੀ ਆਪਾਂ ਕਹਿ ਦਿੰਦੇ ਆ ਵੈਸੇ ਗੱਲ ਜਦੋਂ ਆਪਾਂ ਕਹਿ ਦਿੰਦੇ ਵੀ ਕੀ ਆਪਣੇ ਕੋਈ ਜਾਨਵਰ ਐ ਨਹੀਂ ਵੀ ਆਪਣੇ ਘਰੇ ਖੜੇ ਨਾ ਕਰੂਗਾ ਕਈ ਹੁੰਦੇ ਹੀ ਸਿਸਟਮ ਆਪਾਂ ਕਹਿ ਦਿੰਦੇ ਯਾਰ ਘੋੜਾ ਇੱਥੇ ਹੁੰਦਾ ਹੋ ਸਕਦਾ ਨਹੀਂ ਮੈਂ ਕਹਿੰਦਾ ਜਿਹੜਾ ਉਹਨੇ ਵੇਖ ਕੇ ਨਾ ਕੱਢਿਆ ਉਹ ਮਤਲਬ ਗੱਲ ਉਹ ਹੀ ਹੈ ਜਦੋਂ ਦੁੱਗਾਂ ਕੋਲੇ ਵਗ ਗਿਆ ਉਹ ਉਹਨਾਂ ਨੇ ਲਿਆ ਕੇ ਸਾਡੇ ਕੋਲੇ ਮੁਕਸਰ ਬੰਨਤਾ ਜੀ ਉਹ ਕਹਿੰਦੇ ਸਾਨੂੰ ਐ ਤਾਂ ਕਹਿੰਦੇ ਨਹੀਂ ਕੋਈ ਦੁੱਗਾਂ ਦਾ ਘੋੜਾ ਹੁਣ ਤਾਂ ਮਤਲਬ ਘੋੜੇ ਦਾ ਨਾਂ ਚੱਲਦਾ ਉਦੋਂ ਤੁੰਗਾਲੀ ਵਾਲੇ ਵੱਜਦਾ ਸੀ ਉਹ ਫਿਰ ਝਨੇਰ ਰਹਿ ਕਿੰਨਾ ਚਿਰ ਫਿਰ ਉਧਰਲੇ ਏਰੀਏ ਦਾ ਨਾਂ ਝਨੇਰ ਦਾ ਹੋ ਗਿਆ ਪਰ ਜੇ ਸਾਡੇ ਏਰੀਆ ਨੂੰ ਬੰਦਾ ਕੋਈ ਦੇਣਾ ਜਾਂ ਆਸੇ ਪਾਸੇ ਦਾ ਉਹਨੇ ਹਰੇਕ ਕਹਿੰਦਾ ਵੀ ਤੁੰਗਾਲੀ ਵਾਲਾ ਘੋੜਾ ਇਹ ਨਾਂ ਉਹ ਤੁੰਗਾਲੀ ਦੇ ਚੱਲਿਆ ਵੀ ਉਹਨੇ ਵੇਖ ਕੇ ਬੜਾ ਨਾਂ ਬਣਾਇਆ ਆਪਾਂ ਇਹ ਕਹਿ ਸਕਦੇ ਵੀ ਕਈ ਕਈ ਮਾਲਕਾਂ ਦੀਆਂ ਕਿਸਮਤਾਂ ਰਲ ਕੇ ਫਿਰ ਕਿਤੇ ਜਾ ਕੇ ਆਪਾਂ ਘੋੜਾ ਨਾਂ ਕਰਦੇ ਹੁਣ ਤੁਸੀਂ ਦੇਖ ਲਓ ਬਾਪੂ ਜੋਰਾ ਸਿੰਘ ਵਾਲਾ ਘੋੜਾ ਸੀ ਮੱਝੂ ਕਿਆਣਾ ਉਹ ਬਾਪੂ ਜੋਰਾ ਸਿੰਘ ਤੋਂ ਗਾਂ ਜਦੋਂ ਅੱਗੇ ਵਿਕਿਆ ਬਿੱਟੂ ਹੋਣਾ ਕੋਲੇ ਗਿਆ ਗਾਂ ਤੇ ਉਸ ਤੋਂ ਬਾਅਦ ਮੱਝੂ ਕੇ ਹੋਊਗੀ ਉਹ ਉਸੇ ਨੇ ਬਿੱਟੂ ਨੇ ਬਾਈ ਨੇ ਬਾਅਦ ਚ ਲਿਆ ਸੀਗਾ ਜਦੋਂ ਐਡਮ ਵਿਕ ਗਿਆ ਮਹਿੰਗਾ ਜੀ ਐਡਮ ਨੇ ਵੱਲੋਂ ਪਹਿਲਾਂ ਤਾਂ ਉਸ ਘੋੜੇ ਦਾ ਨਾਂ ਹੋ ਗਿਆ ਚਲੋ ਉਧਰ ਰਲਿਆ ਸੀਗਾ ਸੰਜੋਗ ਉਧਰ ਹੋ ਗਿਆ ਫਿਰ ਇਹਨਾਂ ਨੇ ਜਾ ਕੇ ਉਹ ਘੋੜਾ ਲਿਆ ਫਿਰ ਪਤਾ ਲੱਗਣ ਲੱਗਿਆ ਵੀ ਮੱਝੂ ਕਿਹੜਾ ਘੋੜਾ ਹੈਗਾ ਕੋਈ ਅੱਛਾ ਆਪਾਂ ਇਹ ਕਹਿ ਲਈਏ ਵੀ ਵੱਡੇ ਘੋੜੇ ਦੀ ਜਿਹੜੀ ਆਪਾਂ ਕੀਮਤ ਮਾਰਕੀਟ ਦੇ ਵਿੱਚ ਉਹ ਐਡਮ ਨੇ ਪਵਾਈ ਐਡਮ ਨੇ ਹਾਂਜੀ ਹਾਂਜੀ ਉਹ ਬਾਬੇ ਵਰਗੇ ਮੰਨਦੇ ਸੀ ਵੀ ਹਾਂ ਵੀ ਇਸੇ ਨਹੀਂ ਪਵਾਈ ਸਾਰੇ ਹਾਂ ਵੀ ਆਪਾਂ ਇਹ ਕਹਿ ਲਈਏ ਵੀ ਐਡਮ ਨੇ ਇਕੱਲੇ ਨੇ ਥੋੜਾ ਜਾਂ ਹੋਰ ਮਾਲਕਾਂ ਦਾ ਨਾਂ ਹੀ ਨਹੀਂ ਕੀਤਾ ਐਡਮ ਨੇ ਉਹ ਘੋੜੇ ਨੂੰ ਵੀ ਦੁਨੀਆ 'ਚ ਦਿਸਣ ਲਾਇਆ ਹਾਂਜੀ ਹਾਂਜੀ ਵੀ ਲੋਕਾਂ ਨੂੰ ਮਜਬੂਰ ਕੀਤਾ ਕਿ ਭਾਈ ਘੋੜੀਆਂ ਉਹ ਤੋਂ ਕ੍ਰੋਸ ਕਰਾਓ ਘੋੜਾ ਚੰਗਾ ਬੱਚੇ ਚੰਗੇ ਕੀਮਤੀ ਬੱਚੇ ਪੈਦਾ ਕਰਦਾ ਹਾਂਜੀ ਹਾਂਜੀ ਵੀ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨੀਲਿਆਂ ਦੀ ਮਾਰਕੀਟ ਦੇ ਵਿੱਚ ਕਦਰ ਘੱਟ ਸੀ ਐਡਮ ਹੋਣਾ ਨੇ ਆ ਕੇ ਕਿਹਾ ਕਿ ਭਾਈ ਨੀਲੇ ਵੀ ਹੈਗੇ ਉਹ ਲੋਕ ਨੁਕਰੇ ਕਨੀ ਸੀਗੀ ਸਾਨੂੰ ਵੀ ਆਪਣੇ ਖੜੇ ਪਿੰਡ ਦੇ ਮੁੰਡੇ ਬੰਦੇ ਇੱਥੇ ਸਿਆਣੇ ਬੰਦੇ ਰਹੇ ਕਿ ਉਹ ਸਾਨੂੰ ਕਹਿੰਦੇ ਵੀ ਘੋੜੀ ਗਲਤ ਮਲਾ ਲੈਂਦੀ ਸੀ ਮੱਝੂ ਕੰਦੋਂ ਸਾਡੇ ਕੋਲੇ ਮਰੂਕੇ ਬਰਲਾ ਘੋੜਾ ਹੁੰਦਾ ਸੀ ਨੁਕਰਾ ਬਹੁਤ ਵੱਡਾ ਘੋੜਾ ਸੀ ਵੀ ਇਹ ਤਾਂ ਮਲਾਉਣੀ ਸੀ ਤੇ ਕਾਰਨ ਕੀ ਹੋ ਸਾਡਾ ਬਾਬਾ ਕਹਿੰਦਾ ਨਹੀਂ ਨਹੀਂ ਉਹ ਕਿਹੜੇ ਘੋੜੂ ਆ ਕਹਿੰਦਾ ਆਪਾਂ ਉਹ ਤੋਂ ਮਿਲਾ ਕੇ ਲਿਆਵਾਂਗੇ ਫਿਰ ਉੱਥੋਂ ਦੀ ਉਹ 2 ਸਾਲ ਤੇ 11 ਦਿਨਾਂ ਦਾ ਸੀ ਜਦੋਂ ਅਸੀਂ ਉਹ ਪਹਿਲੀ ਘੋੜੀ ਲਾ ਲਏ ਕ੍ਰੋਸ ਕਰਾ ਕੇ ਲਿਆ 2 ਘੋੜੀਆਂ ਮਿਲਾ ਕੇ ਲਿਆ ਸੀ ਇੱਕ ਸਾਡੇ ਕੋਲ ਕੁੱਲੀ ਸੀ ਬਾਈ ਜੀ ਇੱਕ ਦੋਨੇ ਮੈਂ ਬਾਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਲਵੀ ਸੱਜਣਾ ਨੂੰ ਵੀ ਮੈਨੂੰ ਐਂ ਲੱਗਦਾ ਕਿ ਜਾਣਕਾਰੀ ਕੰਮ ਆਊਗੀ ਸੱਜਣਾ ਦੇ ਅਤੇ ਮੈਂ ਸੱਜਣਾ ਨੂੰ ਬੇਨਤੀ ਕਰਦਾ ਕਿ ਜਾਣਕਾਰੀ ਚੰਗੀ ਲੱਗੀ ਤਾਂ ਤੁਸੀਂ ਫਿਰ ਵੀ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਨੂੰ ਮਾਲਕ ਕਰੇ ਕਿਰਪਾ
दो घोड़े इस फार्म ते होंगे, एक नीला घोड़ा बिल्कुल एडम की कापी है जी, वह भी तुंग फार्म ते होगा, तो एक नुकरा घोड़ा हाथी का बच्चा है ना जी, हाथी का बच्चा। हाँ जी, हाँ जी, हाँ जी। तो ये दोनों घोड़े मालिक कृपा करे अगले साल नूं फार्म ते छड़न वास्ते तैयार हो जाएंगे आप। हाँ जी, हाँ जी। अगले साल आरओ तो शुरू कर देंगे। हाँ जी, हाँ जी, है ना जी। हाँ जी, हाँ जी। ਉਹਦੇ ਲਈ ਤੁਹਾਨੂੰ ਇੱਕ ਵੀਡੀਓ ਆਪਣੇ ਚੈਨਲ 'ਤੇ ਹੋਰ ਹੈਗੀ ਆ, ਉਹ ਜਦੋਂ ਜਾਨਵਰ ਸਾਰੇ ਦੇਖਣੇ ਹੋਏ ਫਾਰਮ ਦੇ, ਉਹ ਤੁਸੀਂ ਉਹ ਵੀਡੀਓ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ 'ਚ ਦੇ ਦਿਆਂਗੇ। ਆਹ ਵੀਡੀਓ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ, ਜਿਉਂਦੇ ਵਾਸਤੇ ਰਹੋ, ਬਹੁਤ ਬਹੁਤ ਧੰਨਵਾਦ।